अशरफ हाँ जी है आ लिखे है फिर उन्होंने 2,800 रुपया ਸਾਜੀ ਦੇਖ ਗਿਆ ਤੇ ਲਿਖਿਆ ਤੁਸੀਂ ਤਾਂ ਉਹਨੇ 11 12 ਵਜੇ ਆ ਪਲਾਸ ਇੱਥੇ ਕੀ ਕਰਨ ਦੇ ਆਇਆ ਨਹੀਂ ਸਾਜੀ ਤੁਸੀਂ ਲਿਆ ਸੀ ਨੱਕ ਦੇ ਵਾਲ ਪੱਟਣ ਦੇ ਬਕਵਾਸ ਨਾ ਕਰਿਆ ਕਰ ਚਲੋ ਤੂੰ ਲੈ ਕੇ ਚੱਲ ਚਵੜਾ ਮਾਰਨ ਦੇ ਆਇਆ ਤੂੰ ਆਪੀ ਰਖਾ ਆਪੀ ਮੰਗਾ ਕੇ ਆਪੀ ਬਿਸ਼ਤੀ ਕਰਦੇ ਸਤਾਜ ਜੀ ਓਏ ਜ਼ੈਨ ਹਾਂਜੀ ਆ ਇਧਰ ਹਿਸਾਬ ਕਰ ਉਹ ਸਤਾਜ ਜੀ ਦੁਕਾਨ ਛੱਡਣ ਲੱਗੇ ਹੋ ਨੈਸ਼ੀ ਦੀਆਂ ਗੱਲਾਂ ਕਿਉਂ ਕਰੀ ਜਾਣ ਦੇ ਆਇਆ ਬਕਵਾਸ ਕਰੀ ਜਾਣ ਦੇ ਆਇਆ ਆ ਲੈ ਕੇ ਪੈਸੇ ਮੈਂ ਬਸ ਸਤਾਜ ਜੀ ਹਿਸਾਬ ਕਿਤਾਬ ਤਾਂ ਕਰਨਾ ਤਾਂ ਹੈ ਹੀ ਆ ਆ ਲੱਗਦਾ ਇੱਥੇ ਮੇਰਾ ਵੀ ਕਰੋ ਕਾਕਾ ਬਕਵਾਸ ਘੱਟ ਕਰਿਆ ਕਰ ਲਿਖੇ ਤੇ 2,800 ਰੁਪਇਆ ਸਤਾਜੀ ਮੈਂ ਇੱਥੇ ਲਿਖਣਾ ਵਾ ਓਏ ਅੱਜ ਤੇ ਕੈਲਕੂਲੇਟਰ ਤੇ ਬਣਾ ਸੀ ਕਿੰਨੇ ਪੈਸੇ ਬੰਦੇ ਆ ਅਸ਼ਰਫ ਦਾ 2,800 ਰੁਪਇਆ 2,800 ਰੁਪਇਆ ਅਸ਼ਰਫ ਦਾ ਆ ਨਿਆਜ਼ ਦਾ 3200 ਨਿਆਜ਼ ਦਾ 32 ਨਿਆਜ਼ ਦਿੱਤੀ ਮੈਂ ਸਾਜੀ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਓ ਨਿਆਜ਼ ਚਾਚੇ ਨਿਆਜ਼ ਦਾ ਆ ਚਾਚਾ ਨਿਆਜ਼ ਹਾਂ 2,300 ਰੁਪਇਆ 3200 ਰੁਪਏ ਚਾਚੇ ਨਿਆਜ਼ ਦਾ ਹਾਂ ਅੱਛਾ ਉਸ ਤੋਂ ਬਾਅਦ ਸੂਫੀ ਰਜ਼ਾਕ ਸੂਫੀ ਉਹਦੇ ਕਿੰਨੇ ਨੇ ਸੂਫੀ ਰਜ਼ਾਕ ਦੇ 4200 4200 ਹਾਂ ਤੇ ਆ ਦੇ ਗਿਆ ਆ ਕੌਣ ਸਾ ਜੀ ਆ ਉਹਦਾ ਕੁੱਦੇ ਦਾ ਮੁੰਡਾ ਪੈਸੇ ਪਤਾ ਨਹੀਂ ਸਾ ਜੀ ਉਹ ਤੁਹਾਨੂੰ ਦੇ ਗਿਆ ਹੋਇਆ ਚੱਲ ਤੂੰ ਲਿਖ ਲੈ ਇਹਦਾ 3100 ਰੁਪਈਆ 3100 ਰੁਪਈਆ ਹਾਂ 500 ਦਸਤੀ ਲਿਆ ਆ ਉਹ ਵੀ ਲਿਖ 500 ਰੁਪਇਆ ਦਸਤੀ ਦਸਤੀ ਆ ਰੇੜੀ ਦਾ ਕਿਰਾਇਆ 400 ਰੁਪਈਆ ਇਹ ਵੀ ਪਾ ਸਤਾ ਜੀ ਕੈਲਕੂਲੇਟਰ ਮੁੱਕ ਰਿਹਾ ਹਾਂ ਇਹ ਬਣਾ ਕਿੰਨੇ ਪੈਸੇ ਬੰਦੇ ਸਤਾ ਇਹ ਸਤਾ ਜੀ ਬਣ ਗਿਆ ਇਹ 17800 ਇਹ ਸ਼ਾਮ ਨੂੰ ਬਿੱਲ ਲੈ ਕੇ ਆਉਣਾ ਉਹਦੇ ਕੋਲ ਅੱਛਾ ਹਲ ਫੜ ਇਹਦੇ ਕੋਲ ਰੱਖੀ ਤੇ ਸ਼ਾਮ ਨੂੰ ਬਿੱਲ ਲੈ ਕੇ ਆਵੀਂ ਉਹਦੇ ਕੋਲ ਅੱਛਾ ਜੀ ਹਾਂ ਉਹਨੂੰ ਕਿਹਾ ਮੰਦੇ ਠੰਡੇ ਆ ਭਾਈ ਮਹਿੰਗਾਈ ਨੇ ਅੱਗੇ ਮਤ ਮਾਰੀ ਆ ਹੈ ਉਤੋਂ ਯੂਸਮ ਨੇ ਪੈਸੇ ਲੈਣ ਆ ਜਾਣੇ ਪੈਪ ਦੇ ਠੀਕ ਹੈ ਕਿ ਨਹੀਂ ਉਹ ਅੱਗੇ ਖਿਜਿਆ ਆ ਇਹ ਨਾ ਹੋਵੇ ਕੰਮ ਖਰਾਬ ਹੋਵੇ ਹਾਂ ਦੇਨ 'ਚ ਰੱਖੀ ਗੱਲ ਅੱਛਾ ਜੀ ਉਹਦੇ ਵੱਲ ਗਿਆ ਸੀ ਤੂੰ ਕਿਹਦੇ ਸਾ ਜੀ ਉਹਦੇ ਵੱਲ ਫੁੱਲੂ ਵਾਲਾ ਫੁੱਲੂ ਵਾਲਾ ਸਾ ਜੀ ਮੈਂ ਗਿਆ ਸੀਗਾ ਪੰਪ ਲਾਤਾ ਉਹਨਾਂ ਦਾ ਹਾਂਜੀ ਲਾਤਾ ਪੰਪ ਉਹਨਾਂ ਦਾ ਹਾਂ ਕਿੰਨਾ ਪੈਪ ਲਗਾਇਆ ਸਤਾ ਜੀ 82 ਫੁੱਟ ਪੈਪ ਲੱਗਾ ਵਾ 82 ਫੁੱਟ ਪੈਪ ਬਾਕੀ ਜਿਹੜੀ ਹੋਇਆ ਗੁਰਾਈ ਉਹ ਵੱਖਰੀ ਆ ਉਹ ਲਿਖ ਲਈ ਸੀ ਸਾਰੀ ਹਾਂਜੀ ਉਹ ਲਿਖ ਲਈ ਸੀ ਸਾਰੀ ਚਲੋ ਠੀਕ ਹੈ ਉਹ ਪੈਪ ਚੁੱਕ ਸਾਈਡ ਤੇ ਕਰ ਸਾਰੇ ਜਿੰਨੇ ਹੈਗੇ ਅੱਛਾ ਜੀ ਉਹ ਕਰ ਲੈਣਾ ਅਸਲਾਮ ਅਲੈਕਮ ਜੀ ਜੀ ਵਾਲੇਕੁਮ ਅਸਲਾਮ ਜੀ ਕੀ ਹਾਲ ਚਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਲਾਗੇ ਪੰਪ ਤੇ ਨਾਲੇ ਉਹ ਪੈਪ ਪੂਪ ਜੇ ਪਏ ਹੋਣੇ ਹਾਂਜੀ 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 ਤੇ ਹੁਣ ਤੇ ਮਾਸ਼ਾਅੱਲਾ ਤੁਹਾਡੇ ਕੋਲ ਹਰ ਸ਼ੈ ਹੀ ਆ ਬਸ ਉਹਨਾਂ ਦਾ ਸਦਕਾ ਜੀ ਸਾਰਾ ਕੁਛ ਵਾਹ ਜੀ ਉਹਨਾਂ ਦਾ ਨਾਲੇ ਸਾਡੇ ਵਾਲ ਸਾਹਿਬ ਨੇ ਇਸ ਰੋਡ ਤੇ ਨਾ ਹੀ ਇੰਨਾ ਕਮਾਇਆ ਜੀ ਹਾਂਜੀ ਅੱਲਾਹ ਦੀ ਮਿਹਰਬਾਨੀ ਨਾਲ ਨੰਬਰ ਪੰਪ ਵਾਲਾ ਜਿੱਥੋਂ ਮਰਜ਼ੀ ਪੁੱਛ ਲਓ ਜਾ ਸਾਡੇ ਨਾ ਪੰਪ ਦੀ ਜਗ੍ਹਾ ਹੋਰ ਸੀ ਮੇਰੇ ਅੱਬੂ ਦੱਸਦੇ ਕਿ ਪੰਪ ਦੀ ਜਗ੍ਹਾ ਹੋਰ ਸੀ ਤੇ ਉਹਨਾਂ ਨੇ ਨਾ ਮਿੱਟੀ ਦਾ ਹਿਸਾਬ ਲਾ ਕੇ ਕਿਹਾ ਜੀ ਜੇ ਇੱਥੇ ਬੋਰ ਕਰਾਓਗੇ ਨਾ ਤੇ ਪਾਣੀ ਬਿਹਤਰੀਨ ਮਿੱਠਾ ਹੋਏਗਾ ਹਾਂਜੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਹਾਂਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੁੰਦਾ ਸੀ ਪਾਣੀ ਮਿੱਠਾ ਕਿੱਥੇ ਆ ਹਾਂਜੀ ਰੇਤਲੀ ਕਿੱਥੇ ਆ ਵਾਹ ਵਾਹ ਮਿੱਟੀ ਵਾਲਾ ਕਿੱਥੇ ਆ ਉਹਨਾਂ ਦੇ ਬੜਾ ਤਜਰਬਾ ਸੀ ਇਸ ਕੋਈ ਸ਼ੱਕ ਨਹੀਂ ਜੀ ਇਸ ਗੱਲ ਦੇ ਵਿੱਚ ਉਹਨਾਂ ਦਾ ਤਜਰਬਾ ਜਿਹੜਾ ਅੱਜ ਤੱਕ ਮੂੰਹ ਬੋਲਣ ਦੇ ਆ ਹੁਣ ਮੇਰਾ ਵੱਡਾ ਭਰਾ ਆ ਮੇਰੇ ਤੋਂ ਵੱਡਾ ਅਮਰ ਭਾਈ ਹਾਂ ਅੱਜ ਕੱਲ ਅਮਰ ਭਾਈ ਲਾ ਰਹੇ ਨੇ ਪੰਪ ਜਿੰਨੇ ਵੀ ਹੈ ਨਾ ਅੱਛਾ ਜੀ ਸਾਰੇ ਉਹਨਾਂ ਮੈਂ ਉਹਨਾਂ ਨਾਲ ਹੀ ਜਾਣਾ ਹੁੰਦਾ ਲੇਕਿਨ ਉਹ ਵੀ ਜੀ ਆ ਕਿ ਜਿਵੇਂ ਉਹਨਾਂ ਦਾ ਹੀ ਹੱਥ ਆ ਬਜ਼ੁਰਗ ਹੁਣ ਕਿੱਦਾਂ ਉਹਨਾਂ ਦੀ ਸਿਹਤ ਵੀ ਹੈ ਬਜ਼ੁਰਗ ਤਾਂ ਫੌਤ ਹੋ ਗਏ ਅੱਲਾਹ ਦਾ 4-5 ਸਾਲ ਹੋ ਗਏ ਔਰ ਤੁਸੀਂ ਵੇਖ ਲਓ ਕਿ ਬਿਮਾਰ ਹੋਣ ਤੋਂ ਪਹਿਲਾਂ ਵੀ 3 ਦਿਨ ਪਹਿਲਾਂ ਪੰਪ ਲਾ ਕੇ ਆਏ ਵਾਹ ਤੇ ਮੈਂ ਸਮਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਅੱਬਾ ਜੀ ਹੁਣ ਛੱਡ ਦਿਓ ਤੁਸੀਂ ਜ਼ਰੂਰ ਨਹੀਂ ਕਹਿੰਦਾ ਪੁੱਤ ਇਹਨਾਂ ਨੂੰ ਬਸ ਐਵੇਂ ਇੱਕ ਵਹਿਮ ਜਿਹਾ ਪਿਆ ਆ ਬੜੀ ਗੱਲ ਤੇ ਮੈਂ ਪੰਪ ਲਾਇਆ ਉਹਨਾਂ ਭਲੇ ਵਕਤ ਸੀ ਜੀ ਉਹ ਹਾਂਜੀ ਹਾਂਜੀ ਉਦੋਂ ਸ਼ੈਵਾਂ ਸਸਤੀਆਂ ਸੀ ਹੁਣ ਤੇ 38,000 ਦਾ ਪੰਪ ਆ ਜੀ ਪੰਪ ਕੱਲਾ ਹਾਂਜੀ ਤੇ 28,000 ਰੁਪਇਆ ਬੋਰ ਦਾ ਜੀ ਡਬਲ ਅੰਪੇਅਰ ਹਾਂਜੀ ਅੱਛਾ ਜੀ ਪਰ ਤੁਹਾਡੇ ਉੱਥੋਂ ਜੇ ਕਿਸੇ ਨੇ ਇੱਦਾਂ 50-60,000 ਰੁਪਇਆ ਲਵਾ ਲੈਣਾ ਨਾ ਉਹ ਜ਼ਾਇਆ ਨਹੀਂ ਜਾਣਾ ਕਿਉਂਕਿ ਤੁਹਾਡੇ ਬਜ਼ੁਰਗਾਂ ਦਾ ਨਾਂ ਇੰਨਾ ਹਾਂਜੀ 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 20 ਸਾਲ ਜਿਹਨੇ ਪਾਣੀ ਪੀਣਾ 60,000 ਰੁਪਈਏ ਦੇ ਵਿੱਚ ਉਹਦੇ ਪੈਸੇ ਪੂਰੇ ਹੋ ਗਏ ਵੱਡਾ ਭਾਈ ਲਾਉਂਦਾ ਆ ਅਮਰ ਭਾਈ ਉਹ ਵੀ ਹਾਂ ਉਹਨਾਂ ਨੇ ਵਾਲ ਸਾਹਿਬ ਨੂੰ ਸਾਰਾ ਕੁਛ ਉਹਨੂੰ ਸਿਖਾਇਆ ਹੈ ਵਾਹ ਜੀ
ਤੇ ਤੁਸੀਂ ਯਕੀਨ ਕਰੋ ਜਿੰਨੇ ਪੰਪ ਅਮਰ ਬਾਈ ਦੇ ਲੱਗੇ ਨਾ ਹੱਥ ਦੇ ਹਾਂਜੀ ਤੇ ਅੱਜ ਵੀ ਉਹ ਦੁਆਵਾਂ ਦਿੰਦੇ ਨੇ ਬੜੀ ਗੱਲ ਆ ਜੀ ਕਈ ਦਫਾ ਐਸਾ ਹੋਇਆ ਬਿਲਡਿੰਗਾਂ ਢਾ ਕੇ ਬਣ ਗਈਆਂ ਲੇਕਿਨ ਪੰਪ ਉਸੇ ਜਗ੍ਹਾ ਤੇ ਲਓ ਜੀ ਗੱਲ ਇਹ ਆ ਕਿ ਮੇਰੇ ਵਾਲਦ ਸਾਹਿਬ ਨਾ ਸ਼ੁਰੂ ਤੋਂ ਪਹਾੜਾਂ ਦੇ ਉੱਤੇ ਚੜ੍ਹਨ ਦਾ ਉਹਨਾਂ ਨੂੰ ਸ਼ੌਕ ਸੀ ਅੱਛਾ ਅੱਛਾ ਆ ਸਾਨੂੰ ਬਚਪਨ 'ਚ ਚਨੇਓਟ ਦੀਆਂ ਪਹਾੜੀਆਂ ਨਹੀਂ ਆ ਜੀ 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 ਇੱਥੇ ਸਾਨੂੰ ਫਰਾਉਣ ਤਰਾਉਣ ਲਿਜਾਣਾ ਅਤੇ ਉਹਨਾਂ ਨੇ ਆਪ ਚੜ੍ਹ ਜਾਣਾ ਪਹਾੜ ਦੇ ਉੱਤੇ ਅਤੇ ਸਾਨੂੰ ਕਹਿਣਾ ਆਓ ਥੱਲੇ ਅੱਛਾ ਸ਼ੁਰੂ ਤੋਂ ਉਹਨਾਂ ਦਾ ਸ਼ੌਕ ਸੀ ਇੱਦਾਂ ਹੀ ਬੁਲੰਦੀਆਂ ਦੇ ਉੱਤੇ ਉਹਨਾਂ ਨੇ ਨਾਲੇ ਉਹਨਾਂ ਨੇ ਖੁਰਾਕਾਂ ਖਾਧੀਆਂ ਆ ਹਾਂਜੀ ਉਹਨਾਂ ਵਾਸਤੇ ਉੱਤੇ ਜਾਣਾ ਕੋਈ ਗੱਲ ਹੀ ਨਹੀਂ ਹਾਲਾਂਕਿ ਆ ਮੁੰਡੇ ਖੁੰਡੇ ਜਾਂਦੇ ਆ ਤਾਂ ਮਹਾਰਾਜ ਯਕੀਨ ਕਰੋ ਸਾਹ ਚੜ੍ਹ ਜਾਂਦਾ ਆ ਸਾਨੂੰ ਚੜ੍ਹ ਜਾਂਦਾ ਬਿਲਕੁਲ ਪੰਪ ਲਵਾਉਣ ਜਾਂਦੇ ਆ ਮਾਨਾ 20 ਦਫਾ ਸਾਹ ਲਈਦਾ ਆ ਹਾਂਜੀ ਤਾਂ ਫਿਰ ਉਹ ਬਸ ਪੁਰਾਣੀਆਂ ਖੁਰਾਕਾਂ ਉਹਨਾਂ ਦੀਆਂ ਕਲਰ ਘਾਰ ਸਾਨੂੰ ਲੈ ਕੇ ਜਾਣਾ ਉਹ ਜਿਹੜੀ ਲਿਫਟ ਨਹੀਂ ਹੁੰਦੀ ਚੇਅਰ ਲਿਫਟ ਹਾਂਜੀ 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 ਉਹਦੇ ਉੱਤੇ ਸਾਨੂੰ ਐਂ ਕਰਕੇ ਉਹ ਮਸਨ ਕਹਿੰਦਾ ਕੁਛ ਲੋਕ ਹੁੰਦੇ ਨਾ ਜਿਹੜਾ ਉੱਤੋਂ ਥੱਲੇ ਵੇਖ ਕੇ ਡਰਦੇ ਆ ਹਾਂ ਉਹ ਸਾਡੇ ਡਰ ਮਾਰਤੇ ਉਹਨਾਂ ਨੇ ਇੱਦਾਂ ਹੀ ਸਾਨੂੰ ਮਰੀ ਲੈ ਕੇ ਜਾਣਾ ਉੱਥੇ ਵੀ ਲਿਫਟ ਦੇ ਉੱਤੇ ਕਦੀ ਅਸੀਂ ਨਿਆਣੇ ਨਿਆਣੇ ਹੁੰਦੇ ਸੀ ਸਾਨੂੰ ਉਹ ਸੀਟ ਬੈਲਟ ਵੀ ਪੂਰਾ ਨਹੀਂ ਸੀ ਆਉਂਦਾ ਉਹ ਇਹ ਸੀ ਉਹਨਾਂ ਦਾ ਸ਼ੌਕ ਸ਼ੁਰੂ ਤੋਂ ਹੀ ਅਤੇ ਵਾਲਦ ਸਾਹਿਬ ਦੀ ਖੁਆਇਸ਼ ਇਹ ਸੀ ਕਿ ਕੋਈ ਐਸਾ ਕੰਮ ਕਰਨਾ ਚਾਹੀਦਾ ਜ਼ਿੰਦਗੀ 'ਚ ਜਿਹੜਾ ਇਨਸਾਨ ਦੇ ਮਰਨ ਤੋਂ ਬਾਅਦ ਉਹਦੇ ਕੰਮ ਆਵੇ ਇਹ ਬਜ਼ੁਰਗਾਂ ਦੇ ਜਿਹੜੇ ਸਿਆਣੇ ਬਜ਼ੁਰਗ ਆ ਜੀ ਕੋਈ ਨਾ ਕੋਈ ਖੁਆਇਸ਼ ਤਾਂ ਹੁੰਦੀ ਆ ਨਾ ਜੀ ਉਹ ਨੇਕ ਲੋਕ ਨੇ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਦੀਆਂ ਸੋਚਾਂ ਨੇਕ ਹੀ ਹੁੰਦੀਆਂ ਦੇਖੋ ਸੋਚਾਂ ਮੈਂ ਕਿਹਾ ਜੀ ਵਾਲਦ ਸਾਹਿਬ ਨੂੰ ਮੈਂ ਕਿਹਾ ਜੀ ਕਹੋ ਅਤੇ ਦਾਦੀ ਹੋਰਾਂ ਦੇ ਨਾਂ ਦੇ ਪੱਖੇ ਲਗਵਾ ਦੇਣੇ ਮਸਜਿਦ ਦੇ ਵਿੱਚ ਲਿਖਾਇਆ ਹੁੰਦਾ ਨਾ ਆਲਮੇ ਬੀਬੀ ਕਿਰਾਏ ਸਾਲੇ ਸਵਾਬ ਇੱਦਾਂ ਕਰਕੇ ਲਿਖਵਾ ਦਿੰਦੇ ਕਹਿੰਦੇ ਨਹੀਂ ਮੈਂ ਕਿਹਾ ਫਿਰ ਚੌਂਕਾਂ ਦੇ ਵਿੱਚ ਕੂਲਰ ਪਏ ਹੁੰਦੇ ਆ ਨਾਲ ਉਹ ਸੰਗਲੀ ਜੀ ਲਾ ਕੇ ਗਲਾਸ ਬੰਨਿਆ ਹੁੰਦਾ ਵਾ ਸਬੀਲ ਟੈਪ ਹੁੰਦਾ ਵਾ ਆਪਾਂ ਉਹ ਕਰ ਲੈਂਦੇ ਕਹਿੰਦੇ ਨਹੀਂ ਪੁੱਤ ਕੰਮ ਐਸਾ ਕਰਨਾ ਵਾ ਜਿਹੜਾ ਮੇਰੇ ਮਰਨ ਤੋਂ ਬਾਅਦ ਮੇਰਾ ਨਾਮ ਹੀ ਹੋਵੇ ਅਤੇ ਪਤਾ ਲੱਗੇ ਅਤੇ ਮੈਂ ਕਿਹਾ ਜੀ ਫਿਰ ਕੀ ਫਿਰ ਉਹਨਾਂ ਨੇ ਭਾਈ ਅਨਵਰ ਦਾ ਨਾਂ ਲਿਆ ਤੁਹਾਡੇ ਵਾਲਦ ਸਾਹਿਬ ਦਾ ਉਹ ਕਹਿੰਦੇ ਮੇਰਾ ਭਰਾ ਸੀ ਉਹਦੇ ਹੱਥਾਂ ਦਾ ਪੰਪ ਲੱਗਾ ਵਾ ਅਤੇ ਉਹਨਾਂ ਕੋਲੋਂ ਪੰਪ ਲਵਾਉਣਾ ਨਹੀਂ ਦਾਵੇਦਾਰ ਭਾਅ ਜੀ ਕੋਈ ਗੱਲ ਹੀ ਨਹੀਂ ਉਹ ਤਾਂ ਹੁਣ ਚਲੋ ਅੱਲਾ ਨੂੰ ਪਿਆਰੇ ਹੋ ਗਏ ਅਤੇ ਅਮਰ ਭਾਈ ਅਤੇ ਤੁਸੀਂ ਬਲਕਿ ਨਾਲ ਰਲ ਹਾਂ ਤੁਹਾਨੂੰ ਦੱਸਿਆ ਨਹੀਂ ਕਿ ਭਾਅ ਜੀ ਨੇ ਬੜੇ ਪੰਪ ਲਾਏ ਨੇ ਜਿੰਨੇ ਵੀ ਪੰਪ ਲਾਏ ਨੇ ਅੱਜ ਤੱਕ ਉਹਨਾਂ ਦਾ ਅਲਾਮਾ ਨਹੀਂ ਆਇਆ ਇਹ ਹੁਣ ਮੈਂ ਅਲੱਗ ਮੈਂ ਪੰਪ ਲਾ ਲੈਣਾ ਆ ਹਾਂਜੀ ਲੇਕਿਨ ਲਾਜ਼ਮੀ ਕਹਿਣਗੇ ਜੀ ਭਾਵੇਂ ਸ਼ਕਲ ਦਿਖਾਓ ਉਹਨਾਂ ਦੀ ਇੱਕ ਦਫਾ ਲਾਜ਼ਮੀ ਉਹਨਾਂ ਨੂੰ ਚਿਹਰਾ ਕਰਾਓ ਪੰਪ ਭਾਵੇਂ ਉਹ ਹੀ ਲਾਉਣ ਤੁਸੀਂ ਨਾਲ ਆਪਣੇ ਜਿੰਨੇ ਕਿਉਂਕਿ ਇਹ ਨੇਕੀ ਦਾ ਕੰਮ ਠੀਕ ਇਹ ਇਨਸਾਨ ਦੇ ਮਰਨ ਤੋਂ ਬਾਅਦ ਉਹਦੇ ਕੰਮ ਆਉਂਦਾ ਬਿਲਕੁਲ ਠੀਕ ਅਤੇ ਤੁਸੀਂ ਉਹ ਪੰਪ ਜਿਹੜਾ ਨਾ ਜੀ ਤੁਸੀਂ ਲਾਉਣਾ ਠੀਕ ਤੁਸੀਂ 60,000 ਰੁਪਇਆ ਕਿਹਾ ਨਾ ਅਤੇ ਕੋਈ ਮਸਲਾ ਨਹੀਂ 38 ਤਾਂ ਕਿੰਨਾ ਦੱਸਿਆ ਵਾ 28,000 ਰੁਪਇਆ ਬੋਰਿੰਗ ਹੈ ਹਾਂਜੀ ਅਤੇ 38,000 ਰੁਪਏ ਦਾ 50-57,000 ਕੋਈ ਨਹੀਂ 60 ਇੱਕੋ ਹੀ ਗੱਲ ਹੋ ਗਈ ਹਾਂਜੀ ਹਾਂਜੀ 60 ਦਾ ਵੀ ਆਪਾਂ 70 ਦੇਵਾਂਗੇ ਧਿਆਨ ਠੀਕ ਤੁਸੀਂ ਪੰਪ ਲਾਉਣਾ ਜੀ ਇਹ ਲੋਕ ਜਾਂਦੇ ਆ ਨਾ ਜੀ ਪਹਾੜਾਂ ਦੇ ਉੱਤੇ ਉੱਤੇ ਪਾਣੀ ਦਾ ਕੋਈ ਰੇਂਜ ਨਹੀਂ ਹੁੰਦਾ ਜੀ ਕੇਟੂ ਪਹਾੜ ਸੁਣਿਆ ਨਾ ਜੀ ਹਾਂਜੀ ਹਾਂਜੀ ਉਹਦੇ ਉੱਤੇ ਪੰਪ ਲਾਉਣਾ ਜੀ ਹੈਂ ਕੇਟੂ ਪਹਾੜ 'ਤੇ ਪੰਪ ਲਾਉਣਾ ਕੇਟੂ ਪਹਾੜ 'ਤੇ ਪੰਪ ਲਾਉਣਾ ਹਾਂਜੀ ਤੁਹਾਡੀ ਤਬੀਅਤ ਠੀਕ ਹੈ ਸ਼ੁਕਰ ਅਲਹਮਦੁਲਿਲਾ ਉਹ ਭਾਈ ਉੱਥੇ ਬੰਦਾ 15 ਦਿਨ ਬਾਅਦ ਪਹੁੰਚਦਾ ਆ ਅਤੇ ਮੈਂ ਪੈਪ ਲੈ ਕੇ ਕਿੱਥੇ ਉੱਥੇ ਫਿਰੀ ਜਾਊਂਗਾ ਖੱਜਲ ਹੋ ਹੀ ਜਾਊਂਗਾ ਇਹੀ ਤਾਂ ਤੁਹਾਡਾ ਕਮਾਲ ਮੈਂ ਮੇਰਾ ਕੋਈ ਕਮਾਲ ਨਹੀਂ ਹੈਗਾ ਲੈ ਦੱਸ ਕੇਟੂ ਦੇ ਪਹਾੜਾਂ 'ਤੇ ਪਾ ਲਾਉਣਾ ਅਸੀਂ ਤਾਂ ਬੜਾ ਆ ਵੇਖਦੇ ਹਾਂ ਡੱਬੀ 'ਤੇ ਪਹਾੜ ਬਣੇ ਹੁੰਦੇ ਆ ਅਤੇ ਸਾਨੂੰ ਖੌਫ ਆਉਣ ਡਿਆ ਹੁੰਦਾ ਬਾਕੀ ਇਹ ਨਾ ਕਿ ਨੇਕੀ ਆ ਨੇਕੀ ਕਿਹੜੀ ਆ ਉਹ ਭਾਈ ਅਸੀਂ ਬੋਰ ਕਰਦੇ ਹੋਈਏ ਨਾ ਤਾਂ ਪੱਥਰ ਆ ਜਾਵੇ ਨਾ ਜ਼ਮੀਨ 'ਤੇ ਬੋਰ ਕਰੋ ਹਾਂਜੀ ਅੱਛਾ ਜ਼ਮੀਨ 'ਤੇ ਜਦੋਂ ਅਸੀਂ ਬੋਰ ਕਰਦੇ ਵਿੱਚ ਪੱਥਰ ਆ ਜਾਵੇ ਨਾ ਅਤੇ ਅਸੀਂ ਉਹ ਜਗ੍ਹਾ ਤਬਦੀਲ ਕਰਨੀ ਪੈਂਦੀ ਸਾਨੂੰ ਅੱਛਾ ਅਤੇ ਉਹ ਤਾਂ ਸਾਰਾ ਹੀ ਪੱਥਰ ਦਾ ਆ ਅਸੀਂ ਪੱਥਰ ਕਿੱਥੋਂ ਪਾੜ ਪਾੜ ਕੇ ਅਤੇ ਵਿੱਚ ਅਸੀਂ ਪੈਪ ਤੋਂ ਨਹੀਂ ਜਾਈਏ ਮੇਰੇ ਅੱਬੂ ਕਹਿੰਦੇ ਸੀ ਉਹ ਕਰ ਲੈ ਨਹੀਂ ਤੇਰੇ ਅੱਬੂ ਜੋ ਕਹਿੰਦਾ ਅਸੀਂ ਕਿਉਂ ਕਰ ਲਈਏ ਨਹੀਂ ਕਰ ਕੇਟੂ ਦੇ ਪਹਾੜ ਕਿੱਥੇ ਆ ਜਾ ਕੇ ਪੰਪ ਕਿੱਥੇ ਲਾਉਣਾ ਆ ਏਡਾ ਤੇਰੇ ਅੱਬੇ ਨੂੰ ਨੇਕੀ ਚੜ੍ਹੀ ਹੋਈ ਹੈ ਆਪਾਂ 5,000 ਵੱਧ ਦੇ ਦਿਆਂਗੇ ਨਹੀਂ 5,000 ਕਿਉਂ ਵੱਧ ਦਿਓ ਅੱਬੇ ਕੋ ਮੇਰੇ ਕੋ 5,000 ਰੁਪਈਆ ਕਿ 10,000 ਲੈ ਲੈ ਅੱਬੇ ਨੂੰ ਕਹੋ ਉੱਤੋਂ ਥੱਲੇ ਛਾਲ ਮਾਰੇ ਅੱਜ ਛਾਲ ਮਾਰਨੀ ਐਤਵਾਰ ਵਾਲੇ ਦਿਨ ਮੰਗਲ ਵਾਲੇ ਦਿਨ ਉਹਨੂੰ ਥੱਲੇ ਆਉਣਾ ਦੇਖੋ ਜੀ ਇਹ ਹੈਗੀ ਆ ਨੇਕੀ ਕਾਹਦੀ ਨੇਕੀ ਆ ਤੇਰੀ ਨੇਕੀ ਸਾਡੇ 7 ਬੰਦੇ ਮਾਰ ਦੇਵੇ ਫਿਰ ਮੂੰਹ ਤੇਰੀ ਨੇਕੀ 'ਤੇ ਉੱਥੇ ਕਿਹੜਾ ਕੋਈ ਬੰਦੇ ਕਿਤੇ ਜਲੂਸ 'ਚੋਂ ਕੱਢੇ ਆ ਵੀ ਪੈਰ ਮਿੱਧੇ ਗਏ ਆ ਉਹਨਾਂ ਨੂੰ ਪਾਣੀ ਪਿਲਾਉਣਾ ਜਾ ਕੇ ਅਸੀਂ ਉਹ ਬੰਦਿਆਂ ਨੂੰ ਨਿੱਜ ਹੁਣ ਇਹਨੂੰ ਥੱਲੇ ਲੈ ਆਓ ਜਿਹਨਾਂ ਨੇ 6-7 ਚਿੱਤਾਂ ਦੀ ਖਾਤਰ ਧੁੱਪ ਜਾ ਕੇ ਪੰਪ ਲਾਉਣਾ ਅੱਛਾ ਚਲੋ ਹਿਸਾਬ ਤਾਂ ਕਰੋ ਨਹੀਂ ਹਿਸਾਬ ਕਾਹਦੇ ਕਰੋ ਕੀ ਗੱਲ ਆ ਪੈਪ ਕਿੰਨਾ ਲੱਗਣਾ ਨਹੀਂ ਲੱਗਣਾ ਹੀ ਨਹੀਂ ਆ ਕੇਟੂ ਕੈਸੀ ਗੱਲ ਆ ਕੇਟੂ ਦਾ ਪਹਾੜ ਆ 27,832 ਫੁੱਟ ਹੁਣ 12 ਵਜੇ ਦੇਖੋ ਤਾਂ 7 ਵਜੇ ਖਤਮ ਹੁੰਦਾ ਦੇਖਣ ਦੇ ਵਿੱਚ ਹੀ ਜਾਣ 'ਚ ਪਤਾ ਨਹੀਂ ਕਿੰਨੇ ਦਿਨ ਲੱਗਦੇ ਆ
ਮੈਂ ਕਿਹਾ ਪਤਾ ਨਹੀਂ ਕਿਹੜਾ ਗਾਹਕ ਆ ਗਿਆ ਚੇ ਦਾ ਬੂ ਲਾਉਂਦਾ ਸੀ ਪੰਪ ਲਾਉਂਦਾ ਸੀ ਉਹਦਾ ਨਾਮ ਵਰਦਾ ਸੀ ਨੇਕੀ ਹੈ ਨੇਕੀ ਹੈ ਤੂੰ ਇੱਦਾਂ ਕਰਨਾ ਹਾਂਜੀ ਪੰਪ ਅਸੀਂ ਉੱਤੇ ਲਾ ਆਉਂਦੇ ਹਾਂ ਠੀਕ ਹੈ ਤੁਸੀਂ ਆਪ ਬਾਅਦ 'ਚ ਬੋਰ ਕਰ ਲਈ ਫਿਰ ਤੁਹਾਡੇ ਹੱਥਾਂ ਦਾ ਜਿਹੜਾ ਬੋਰ ਨਹੀਂ ਸਾਡੇ ਹੱਥਾਂ ਦਾ ਕਾਹਦੇ ਕੀ ਗੱਲ ਆ ਤੇਰੇ ਹੱਥ ਫਲਵੈਰੀ ਵਾਲੇ ਆ ਵੀ ਚੰਬਲ ਨਿਕੀ ਤੇਰੇ ਹੱਥਾਂ ਤੇ ਗੁੱਸੇ ਵਾਲੀ ਕਿਹੜੀ ਗੱਲ ਆ ਤੂੰ ਅਜੀਬ ਜੀ ਗੱਲ ਕਰ ਦਿੱਤੀ ਆ ਜਾਂ ਇੱਦਾਂ ਕਰ ਪਜਾਮਾਂ ਦਾ ਨੋਟ ਲਿਆ ਉੱਥੇ ਜਿਹੜਾ ਕੇਡੂ ਦੇ ਪਹਾੜ ਆ ਅਸੀਂ ਉੱਥੇ ਪੰਪ ਲਾ ਦਿੰਦੇ ਉਹਦੇ ਵਿੱਚ ਪੈਪ ਪਾ ਦਿੰਦੇ ਉੱਥੇ ਜਾ ਕੇ ਨਹਾਈ ਜਾਵੀ ਪਾਣੀ ਕਿੱਥੋਂ ਆਊ ਹੈ ਜਿਹੜਾ ਡੇਢ ਮਿੰਟ 'ਚ ਡਰੰਮ ਭਰਦਾ ਉਹ ਕਿੱਦਾਂ ਭਰੇਗਾ ਉੱਥੇ ਭਰ ਲਵੀਂ ਨੋਟ ਤੇਰੇ ਕੋਲ ਹੋਣਾ ਕੋਲ ਡਰੰਮ ਰੱਖ ਲਵੀਂ ਭਰ ਲਵੀਂ ਪੈਪ ਇੱਕ ਨੰਬਰ ਕਿਹੜੀ ਕੰਪਨੀ ਦਾ ਜਿਹੜਾ ਆਪਾਂ ਪਾਉਣਾ ਅਸੀਂ ਇੱਕ ਨੰਬਰ ਕੀ ਦੇਣਾ ਸਾਡੇ ਨਾਲ ਬੰਦਾ ਹੀ ਦੋ ਨੰਬਰ ਗੱਲ ਕਰਨ ਡਿਆ ਅਸੀਂ ਤੈਨੂੰ ਇੱਕ ਨੰਬਰ ਪੈਪ ਕੀ ਦੇਣੇ ਕੈਸਾ ਮਾੜਾ ਬੰਦਾ ਆ ਕੇਡੂ ਦੇਖ ਕੇ ਪਹਾੜ ਆ ਉੱਥੇ ਜਾ ਕੇ ਮੈਂ ਪੰਪ ਲਾਉਣਾ ਮੈਂ ਪੰਪ ਲਾਉਣ ਜਾਵਾਂ ਤਾਂ ਬੱਚਿਆਂ ਨੂੰ ਕਹਾਂ ਲਓ ਵੀ ਮੈਨੂੰ ਬੋਲਿਆ ਚੱਲਿਆ ਮਾਫ਼ ਕਰ ਦਈਏ ਪਤਾ ਨਹੀਂ ਮੈਂ ਆਉਣਾ ਕਿ ਨਹੀਂ ਆਉਣਾ ਉੱਥੇ ਬਖਸ਼ਾ ਕੇ ਜਾਵਾਂ ਸਾਰਿਆਂ ਕੋਲ ਲੈਣਾ ਦੇਣਾ ਕੇਡੂ ਦੇ ਪਹਾੜਾਂ 'ਤੇ ਮੈਂ ਚੱਲਾਂ ਆ ਕੇਡੂ ਦੇ ਪਹਾੜਾਂ ਕੋਲੋਂ ਤਾਂ ਅੱਲਾ ਨਜ਼ਦੀਕ ਪੈਂਦਾ ਉਹਨੇ ਮਿੰਟ 'ਚ ਮੈਨੂੰ ਉੱਤੇ ਬੁਲਾ ਲੈਣਾ ਜਿਹੜੇ ਮੈਂ ਤਾਂ 20 ਸਾਲ ਕੱਢਣੇ ਆ ਮੈਨੂੰ ਉਹ ਵੀ ਨਹੀਂ ਕੱਢਣ ਦੇਣੇ ਤੂੰ ਨੇਕੀ ਫੁੜਕ ਜਾਵੇ ਤੂੰ ਬੇੜਾ ਗਰਕ ਹੋਵੇ ਤੁਹਾਡੀ ਨੇਕੀ ਦਾ ਜਿਹੜੇ ਉੱਤੇ ਲੋਕ ਜਾਂਦੇ ਆ ਜਿਹੜੇ ਉੱਤੇ ਲੋਕ ਉਹਨਾਂ ਨੂੰ ਉੱਤੇ ਪਹੁੰਚਾ ਜਿੱਡੀ ਦੂਰ ਚੱਲ ਗਏ ਥੱਲੇ ਆ ਕੇ ਖੱਜਲ ਹੀ ਹੋਣਾ ਉਹਨਾਂ ਨੇ ਜਿੰਨੀ ਮਹਿੰਗਾਈ ਆ ਉੱਤੇ ਨਾ ਬਿੱਲ ਤਾਰਨਾ ਪੈਣਾ ਆ ਨਾ ਕਿਸੇ ਨੂੰ ਕਿਰਾਇਆ ਦੇਣਾ ਪੈਣਾ ਆ ਨਾ ਕਿਸੇ ਨੇ ਚੋਰੀ ਹੋਣੀ ਹੈ ਨਾ ਕਿਸੇ ਚੋਰ ਨੇ ਉੱਥੇ ਜਾਣਾ ਆ ਕੇਟੂ ਪਹਾੜ ਤੇ ਫਿਰ ਪੰਪ ਤੁਸੀਂ ਨਹੀਂ ਲਾਉਣਾ ਨਹੀਂ ਮੈਂ ਅਸੀਂ ਨਹੀਂ ਲਾਉਣਾ ਤੇ ਫਿਰ ਉਹ ਨੇਕੀ ਨੇਕੀ ਨੂੰ ਰਹਿਣ ਦੇ ਤੂੰ ਇਨਸਾਨ ਦੀ ਬਖਸ਼ਿਸ਼ ਦਾ ਬਹਾਨਾ ਬਣਦਾ ਹੁੰਦਾ ਕੋਈ ਹੋਰ ਬਹਾਨਾ ਨਹੀਂ ਬਖਸ਼ਿਸ਼ ਦਾ ਬਣ ਸਕਦਾ ਕੇਡੂ ਦੇ ਪਹਾੜ ਤੇ ਬਣਦਾ ਆ ਕਿੱਡੀ ਤੂੰ ਨੇਕੀ ਸਾਡੇ ਵਾਸਤੇ ਲੱਭ ਕੇ ਲੈ ਕੇ ਆਇਆ ਗੁੱਸੇ ਵਾਲੀ ਗੱਲ ਨਹੀਂ ਜਦੋਂ ਉੱਤੇ ਜਾਓਗੇ ਨਾ ਉੱਥੇ ਪਾਣੀ ਹੋਏਗਾ ਉੱਥੇ ਪਰਿੰਦੇ ਪਾਣੀ ਪੀਣਗੇ ਉੱਥੇ ਬਾਜ਼ ਉੱਥੇ ਹੋਰ ਕਿੰਨੇ ਹੀ ਜਾਨਵਰ ਹੁੰਦੇ ਆ ਜਿਹੜੇ ਜਿਹੜੇ ਜਾਨਵਰ ਉੱਥੇ ਇੰਨੀ ਦੇਰ ਦੇ ਰਹਿ ਰਹੇ ਤੇਰੇ ਪੰਪ ਲਵਾਉਣ ਤੋਂ ਪਹਿਲਾਂ ਹਾਂਜੀ ਉਹ ਕਿੱਥੋਂ ਪੀਂਦੇ ਹੋਣਗੇ ਪਾਣੀ ਉਹ ਕਿੱਦਾਂ ਰਹਿੰਦੇ ਹੋਣਗੇ ਉਹਨਾਂ ਨੂੰ ਅੱਲਾ ਦਿੰਦਾ ਹੀ ਹੋਏਗਾ ਪਾਣੀ ਉੱਥੇ ਉਹ ਪੀਂਦੇ ਹੀ ਹੋਣਗੇ ਪਾਣੀ ਜਿਹੜੇ ਪਰਿੰਦੇ ਆ ਪਰਿੰਦਾ ਤਾਂ ਥੱਲੇ ਆ ਕੇ ਪਾਣੀ ਪੀ ਸਕਦਾ ਹੈ ਲੇਕਿਨ ਤੁਹਾਡੇ ਹੱਥ ਦਾ ਪੰਪ ਲੱਗਾ ਨਹੀਂ ਮੇਰੇ ਹੱਥ ਦਾ ਮੈਂ ਪਰਿੰਦਿਆਂ ਦਾ ਮੁਰਸ਼ਦ ਆ ਵੀ ਮੈਂ ਪਰਿੰਦਿਆਂ ਦਾ ਪੀਰ ਆ ਮੇਰੇ ਹੱਥ ਦਾ ਪਾਣੀ ਉਹਨਾਂ ਨੂੰ ਪੀਣਾ ਮੇਰਾ ਪਾਣੀ ਸ਼ਿਫਾ ਵਾਲਾ ਆ ਸਵੇਰੇ ਸਵੇਰੇ ਤੂੰ ਆ ਕੇ ਮੱਥੇ ਲੱਗ ਗਏ ਆ ਅੱਜ ਮੱਝਾਂ ਮੁੰਝਾ ਆ ਪੰਪ ਲੈ ਲਿਆ ਕਿੰਨੇ ਪੈਸੇ ਮੈਂ ਕਿਹਾ ਪਤਾ ਨਹੀਂ ਕਿਹੜਾ ਬੰਦਾ ਆ ਗਿਆ ਐਡਾ ਇੱਥੋਂ ਆਪਾਂ ਨਾ ਲਾਰੀ ਅੱਡੇ ਜਾਣਾ ਵਾ ਨਹੀਂ ਲਾਰੀ ਅੱਡੇ ਤੇਰੀ ਲਾਸ਼ ਲੈ ਕੇ ਜਾਣਾ ਮੈਂ ਲਾਸ਼ ਕਿਹੜੀ ਗੱਲ ਹਾਂ ਨਹੀਂ ਮੈਂ ਤੇਰਾ ਤਬੂਤ ਲੈ ਕੇ ਜਾਣਾ ਵੀ ਤੇਰੇ ਸਿਆਣੇ ਨੂੰ ਫੜਾਉਣਾ ਆ ਅੱਗੇ ਪਹੁੰਚਾ ਦਈਓ ਆਪਣਾ ਉੱਥੇ ਬੋਰ ਦੇ ਵਿੱਚ ਇੰਜੈਕਟਰ ਕਿਹੜਾ ਪਾਓਗੇ ਬੋਰ ਨਾ ਕਰ ਸਾਨੂੰ ਤੂੰ ਬਹੁਤ ਬੋਰ ਕਰ ਰਿਹਾ ਜਾ ਮੇਰਾ ਵੀਰ ਚਲੇ ਜਾ ਅਤੇ ਉਹ ਨਹੀਂ ਇੰਨੀ ਜਿਹੜੀ ਬੁਲੰਦੀ ਆ ਉਹ ਤੋਂ 4 ਫੁੱਟ ਦਾ ਪੈਪ ਕੰਮ ਦੇ ਜਾਏਗਾ ਉਹ ਤੇਰਾ ਦਿਮਾਗ ਸਹੀ ਆ ਉਹ ਕਿੱਥੇ ਬੁਲੰਦੀ ਆ ਕਿੱਥੇ 4 ਫੁੱਟ ਆ ਹੋਏ 4 ਫੁੱਟ ਦਾ ਤੂੰ ਆ ਤੇਰੀ ਲੱਤ 4 ਫੁੱਟ ਦੀ ਹੋਣੀ ਆ ਸਾਡੇ ਬਜ਼ੁਰਗ ਹੁੰਦੇ ਉਹਨਾਂ ਨਾਂ ਨਸੀ ਕਰ ਸਾਡਾ ਬਜ਼ੁਰਗ ਹੁੰਦਾ ਤੈਨੂੰ ਫਾਹੇ ਲਾ ਦੇਣਾ ਸੀ ਏਡੀ ਦੂਰ ਦਾ ਤੂੰ ਆਰਡਰ ਲੈ ਕੇ ਆਇਆ ਫਿਟੇ ਮੂੰਹ ਏਡਾ ਖਤਰਨਾਕ ਤੇ ਆਰਡਰ ਬਾਜੇ ਵਾਲੇ ਨੂੰ ਨਹੀਂ ਆਉਂਦਾ ਜਿੱਡਾ ਸਾਨੂੰ ਆ ਗਿਆ ਉਹ ਵੀ ਕਹਿੰਦੇ ਹੁਣ ਉਹ ਚੱਦਰ ਲੈ ਕੇ ਜਾਣੀ ਜੀ ਇੱਥੋਂ ਸੁਧਾਰ ਅੱਡੇ ਤੋਂ ਨੇਕੀ ਆਏ ਨੇਕੀ ਇਕੱਲਾ ਹੀ ਲੈ ਲਾ ਜੰਤੀ ਹੋ ਜਾ ਇੱਥੇ ਦੋਸਤਗੀ ਵੀ ਤਾਂ ਹੋਇਆ ਹੀ ਹੈ ਸਾਨੂੰ ਗੱਲ ਸੁਣਾ ਕੇ ਜੰਤੀ ਹੋ ਜਾ ਅੱਛਾ ਚਲੋ ਜਗ੍ਹਾ ਬਦਲ ਲਈਏ ਫਿਰ ਠੀਕ ਆ ਹੈਂ ਜਗ੍ਹਾ ਬਦਲ ਲਈਏ ਜਗ੍ਹਾ ਬਦਲ ਚਾਲ ਤੇ ਨਾ ਸਾਡਾ ਮਕਾਨ ਸੀ ਇੱਕ ਉਹ ਜਿਹਨਾਂ ਦਿਨਾਂ 'ਚ ਬਿਲਡਿੰਗਾਂ ਨਹੀਂ ਢੱਠੀਆਂ ਅੱਛਾ ਉਹ ਸਾਰਾ ਹੀ ਮਕਾਨ ਢੱਠ ਗਿਆ ਇਹ ਜਿੱਡਾ ਵੀ ਤੁਹਾਡਾ ਕੈਲਕੂਲੇਟਰ ਆ ਨਾ ਇਹਦੇ ਨਾਲੋਂ ਮਾਸਾ ਭੋੜਾ ਇੰਨੀ ਕੁ ਜਗ੍ਹਾ ਵਾ ਸਾਡੀ ਕਿ ਉੱਥੇ ਸਿਰਫ ਬੋਰ ਹੋ ਸਕਦਾ ਅਤੇ ਲੇਕਿਨ ਸਾਨੂੰ ਪਲਾਟ ਮਿਲ ਗਿਆ ਮੱਕੂਆਂ ਨੇ ਨਹੀਂ ਇੰਨੀ ਕੁ ਜਗ੍ਹਾ ਜੁੱਤੀਆਂ ਵਾਲੇ ਡੱਬੇ 'ਚ ਰਹਿਣ ਡਏ ਜੇ ਉੱਥੇ ਰਹਿਣ ਤੋਂ ਨਹੀਂ ਆ ਪਰ ਸਾਡੀ ਮਲਕੀਅਤ ਆ ਜਗ੍ਹਾ ਆ ਇੰਨੀ ਕੁ ਆਹੋ ਅਸੀਂ ਰਹਿਸ਼ ਨਾ ਉਹ ਇੰਨੀ ਜਗ੍ਹਾ 'ਚ ਤੁਸੀਂ ਨਿੰਮ ਨਹੀਂ ਲਾ ਸਕਦੇ ਇਹ ਕਿਹੜੀ ਜਗ੍ਹਾ ਆ ਅੱਛਾ ਗੱਲ ਸੁਣ ਇੰਨੀ ਜਗ੍ਹਾ ਤੂੰ ਇੱਕ ਪੈਰ ਰੱਖੇ ਤੇ ਦੂਸਰੀ ਜਗ੍ਹਾ ਤੇ ਦੂਸਰੇ ਘਰ ਪੈਰ ਰੱਖਣਾ ਪੈਣਾ ਹੈ ਭਾਜੀ ਆਹ ਦੇਖੋ ਨਾ ਇੰਨੀ ਜਗ੍ਹਾ ਤੇ ਬੋਰ ਹੋ ਜਾਂਦਾ ਨਾ ਹਾਂ ਇੰਨੀ 'ਚ ਹੋ ਜਾਂਦਾ ਇੰਨੀ ਕੁ ਜਗ੍ਹਾ ਸਾਡੇ ਕੋਲ ਹੈ ਵਾ ਚਾਲ ਤੇ ਪਲਾਟ ਲੈ ਲਿਆ ਸੀ ਮੱਕੂਆਂ ਨੇ ਤੁਸੀਂ ਬੋਰ ਇੱਥੇ ਕਰ ਦਿਓ ਤੇ ਪੰਪ ਮੱਕੂਆਂ ਨੇ ਲਾ ਦਿਓ ਇੱਦਾਂ ਕਰ ਲਓ ਨਾ ਪੈਪ ਪਾ ਲਓ ਵਿੱਚ ਯਾਰ ਤੂੰ ਅਨਵਰ ਪੰਪ ਵਾਲੇ ਕੋ ਆਇਆ ਆ ਕਿ ਅਨਵਰ ਜਾਦੂਗਰ ਕੋ ਆਇਆ ਆ ਮੈਨੂੰ ਸਿਰਫ ਇੰਨਾ ਦੱਸ ਦੇ ਹੈ ਇਹ ਕਿਹੜਾ ਪੰਪ ਆ ਜਿਹੜਾ ਲਾਉਣਾ ਇੱਥੇ ਆ ਤੇ ਪਾਣੀ ਜਾ ਕੇ ਢੁੱਡੀ ਵਾਲਿਆਂ ਨੂੰ ਕਰਨਾ ਹੈ ਉੱਥੋਂ ਹੀ ਕਿਸੇ ਦਾ ਪੰਪ ਉੱਥੇ ਲਵਾ ਕੇ ਉੱਥੇ ਪਾਣੀ ਕਢਾ ਲਾ ਕਿਸੇ ਕੋ ਉੱਥੇ ਦਾ ਪਾਣੀ ਉੱਥੋਂ ਅਲੱਗ 30 ਫੁੱਟ ਤੋਂ ਨਿਕਲਣ ਦਾ ਖਾਰਾ ਪਾਣੀ ਹੈ ਇਹ ਮਿੱਠਾ ਪਾਣੀ ਹੈ ਝਾਲ ਦਾ ਇੱਥੋਂ ਜੀ ਅਸੀਂ ਕੈਨਾਂ ਮੰਗਾਉਣੀਆਂ
ਆਪਾਂ ਇੱਥੋਂ ਬੋਰ ਕਰਾਵਾਂਗੇ ਤੇ ਪੰਪ ਨੂੰ ਫਲੈਂਚ ਪੈ ਪਵਾ ਕੇ ਮਕੂਆਣੇ ਜਿੰਨਾ ਤੇ ਉੱਥੇ ਪੰਪ ਲਾ ਲਈ ਪਾਣੀ ਪੀਣਾ ਆ। ਹਾਂਜੀ ਤੈਨੂੰ 20 ਰੁਪਏ ਦਾ ਕੈਨ ਮੈਂ ਲੈ ਦਿਆ ਕਰੂੰਗਾ, ਸਾਨੂੰ ਏਡਾ ਏਡਾ ਰੰਡੀ ਰੋਣੇ 'ਚ ਨਾ ਪਾ, ਸਾਨੂੰ ਤੈਨੂੰ ਵੈਸੇ 20 ਰੁਪਏ ਦਾ ਕੈਨ ਲੈ ਦਿਆਂਗੇ। ਬਕਵਾਸ ਕਰੀ ਜਾਣ ਡਿਆ ਇੱਥੋਂ, ਹੁਣ ਤੈਨੂੰ ਬੋਰ ਕਰੀਏ ਵਿੱਚ ਪੈਪ ਪਾਈਏ ਤੇ ਜਾ ਕੇ ਢੁੱਡੀ ਆਣੋ ਕੱਢੀਏ, ਲੱਫੜੇ ਮੂੰਹ ਵੀ ਤੇਰਾ ਢੁੱਡੀ ਆਣਾ ਉਰੇ ਆ ਜੀ ਮਕੂਆਣਾ, ਏਡਾ ਮੋਰਚੇ ਵਾਲਾ ਪੈਪ ਤੁਸੀਂ ਕਰ ਲੈਣਾ ਮੈਨੂੰ ਪਤਾ ਹੈ। ਉਹ ਜਾ ਕੰਮ ਕਰ ਯਾਰ, ਦਿਮਾਗ ਨਾ ਖਾ ਜਾ। ਉੱਥੋਂ ਦੇ ਲੋਕ ਮਿੱਠਾ ਪਾਣੀ ਪੀਣਗੇ, ਉੱਥੇ ਦੇ ਲੋਕ ਚੰਗੇ ਆ ਜਿਹੜੇ ਤੈਨੂੰ ਬਰਦਾਸ਼ਤ ਕਰਦੇ, ਜਿਹੜਾ ਇੱਥੋਂ ਬੋਰ ਕਰਾ ਕੇ ਉੱਥੇ ਪੈਪ ਲਿਜਾਉਂਦੇ, ਉਹਨਾਂ ਨੂੰ ਪਤਾ ਲੱਗ ਜਾਵੇ ਤੇਰੀ ਸ਼ਾਹ ਰੱਗ ਲਾ ਦੇਣ ਵੀ ਤੂੰ ਪੰਪ ਵਾਲੇ ਨੂੰ ਆਰਡਰ ਦੇਣ ਡਿਆ ਆ। ਉੱਥੇ ਏਡੇ ਅੱਛੇ ਲੋਕ ਘਰਾਂ ਦੇ ਵਿੱਚ ਪੰਪ ਚਾਰ ਚਾਰ ਲਵਾਏ ਉਹਨਾਂ ਨੇ, ਤੇਰੇ ਇੱਕ ਪੰਪ ਨੇ ਤੈਨੂੰ ਵਕਤ ਪਾਇਆ ਆ, ਬੋਰ ਤੂੰ ਕਿਤੇ ਕਰਾਉਣ ਡਿਆ, ਪੰਪ ਤੂੰ ਕਿਤੇ ਲਵਾਉਣ ਡਿਆ। ਅੱਛਾ ਜਗ੍ਹਾ ਬਦਲ ਲਈਏ ਫਿਰ ਲਾ ਦਿਓ ਯਾਰ, ਦਿਮਾਗ ਨਾ ਖਾ, ਜਿਹੜੀ ਗੱਲ ਸਹੀ ਹੈ ਨਾ ਉਹ ਕਰ, ਤੇਰੀ ਮਿਹਰਬਾਨੀ ਆ। ਜਿਹੜਾ ਅਸੀਂ ਮਕਾਨ ਲਿਆ ਨਾ, ਤਿੰਨਾਂ ਭਰਾਵਾਂ ਨੇ ਲਿਆ 2.5 ਮਰਲੇ ਆ ਤੇ ਉਹ 3 ਸਟੋਰੀਆਂ ਫਿੜੇ ਮੂੰ ਵੀ ਤੁਹਾਡਾ, ਤਿੰਨ ਭਰਾ ਤੇ 2.5 ਮਰਲੇ ਜਗ੍ਹਾ ਲਈ ਭਾਜੀ, 3 ਬਿਲਡਿੰਗਾਂ ਬਣਾ ਲਈਆਂ ਅਸੀਂ। 3 ਬਿਲਡਿੰਗਾਂ ਉੱਤੇ 8 ਬਣਾ ਲਓ ਜਦੋਂ ਤੁਸੀਂ ਵਿੱਚ ਆਉਣਾ ਹੀ ਨਹੀਂ। ਅਸੀਂ ਰਹਿੰਦੇ ਹਾਂ ਵਿੱਚ, ਸਭ ਤੋਂ ਉਤਲੀ ਬਿਲਡਿੰਗ ਆ ਨਾ ਜਿਹੜੀ, ਉਹਦੇ ਵਿੱਚ ਬੋਰ ਕਰਕੇ ਪੰਪ ਲਾ ਦਿਓ, ਇੱਦਾਂ ਠੀਕ ਆ? ਇਹ ਤਾਂ ਹੁਣ ਕਰ ਲਓਗੇ ਨਾ, ਸਭ ਤੋਂ ਉਤਲੀ ਜਿਹੜੀ ਬਿਲਡਿੰਗ ਆ ਉਹ 'ਚ ਬੋਰ ਕਰ, ਉਹਦੇ ਵਿੱਚ ਬੋਰ ਕਰੀਏ। ਹਾਂਜੀ ਤੇ ਪੰਪ ਲਾ ਦਈਏ, ਪੰਪ ਕਿੱਥੇ ਲਾਉਣਾ? ਉੱਤੇ ਹੀ, ਬੋਰ ਉੱਤੇ ਕਰਾਉਣ ਡਿਆ ਆ। ਹੈ ਆਹੋ, ਤੈਨੂੰ ਅਕਲ ਕਿਉਂ ਨਹੀਂ ਹੈਗੀ ਯਾਰ? ਕਦੀ ਇੱਦਾਂ ਵੇਖਿਆ ਸਤਵੀਂ ਮੰਜ਼ਿਲ ਤੇ ਪੰਪ ਲੱਗਣ ਡਿਆ ਆ? ਲਾ ਲੈਣਾ ਮੈਂ, ਲੈ ਤੇ ਲਾ ਲੈਣਾ, ਮੈਨੂੰ ਪਤਾ ਤੁਸੀਂ ਲਾ ਲੈਣਾ। ਲੈ 20 ਸਾਲ ਤੋਂ ਪੰਪ ਸਾਡਾ 1 ਮਿੰਟ ਲਈ ਲੱਗਦਾ ਪਾਣੀ, ਡਰੰਮ ਭਰ ਜਾਂਦਾ ਵਾ। ਅਸੀਂ ਕਾਲਾ ਇਲਮ ਕਰਦੇ ਹਾਂ ਵੀ ਤੇਰਾ ਲਾ ਦੇਣਾ ਸੀ ਪੰਪ, ਜਾਂ ਕੰਮ ਕਰ ਮੇਰਾ ਵੀਰ, ਜਾ ਕੇ ਕੰਮ ਦਾ ਟਾਈਮ ਹੋਇਆ ਆ। ਨਹੀਂ ਬਾਰੇ 'ਚ ਫਿਰ, ਨਹੀਂ ਸਾਨੂੰ ਨਹੀਂ ਬਾਰੇ 'ਚ, ਜਗ੍ਹਾ ਬਦਲ ਲਈਏ ਫਿਰ ਲਾ ਦਿਓ। ਉਹ ਜਗ੍ਹਾ ਬਦਲਾ, ਤੂੰ ਇਹ ਜਗ੍ਹਾ ਬਦਲਾ, ਕਿਸੇ ਹੋਰ ਦੁਕਾਨ ਤੇ ਚਲੇ ਜਾ, ਹੋਰ ਦੁਕਾਨ ਵਾਲੇ ਤੇਰੇ ਵਾਕਫ ਨਹੀਂ ਹੈਗੇ, ਜਾ ਉਧਰ ਚਲੇ ਜਾ, ਚਲ ਸਾਡੀ ਜਗ੍ਹਾ ਬਦਲ। ਨੈਸ਼ਾ ਜਿਹਾ ਜਰੋਂਦਾ ਆਇਆ, ਕੋਈ ਗਾਹਕ ਨਹੀਂ ਹਜੇ ਤੱਕ ਮੱਥੇ ਲੱਗਾ ਹੈਗਾ, ਏਡਾ ਤੂੰ ਨੈਸ਼ਾ। ਅੱਛਾ ਮੈਂ ਚਲਾਉਣਾ ਵਾ ਗੱਡੀ, ਗੱਡੀ ਥੱਲੇ ਉਸੇ ਗੱਡੀ ਥੱਲੇ ਆ ਜਾ, ਗੱਲ ਮੁਕਾ। 72 ਸੀਟਰ ਗੱਡੀ ਆ, 12 ਭਾਵਾਂ ਤੂੰ 34,000 ਸੀਟਰ ਚਲਾ ਲਾ, ਜਦੋਂ ਤੂੰ ਸੁਣਾਉਣੀ ਗੱਲ ਆ ਤੇ ਜੋ ਮਰਜ਼ੀ ਸੁਣਾਈ ਜਾ, ਉਹਦੇ 'ਚ ਬੋਰ ਕਰਕੇ ਪੰਪ ਲਾ ਦਿਓ ਜਿਹੜਾ। ਤੂੰ ਮੈਨੂੰ ਬੋਰ ਨਾ ਕਰ, ਹੋਏ ਕੰਮ ਕਰ, ਹੋਏ ਖਲੋਤਾ ਕੀ ਦੇਖਣ ਡਿਆ? ਚੱਲਦੀ ਗੱਡੀ 'ਚ ਪੰਪ ਚਲਾਵਾਂਗੇ, ਪਾਣੀ ਪੀਵਾਂਗੇ, ਤੁਹਾਨੂੰ ਦਵਾਵਾਂਗੇ। ਤੂੰ ਏਡਾ ਜਾਦੂਗਰ ਕਾਹਦੇ ਬਣੀ ਫਿਰਦਾ ਹੈ? ਤੁਸੀਂ ਲਾ ਲੈਣਾ, ਨਹੀਂ ਮੈਂ ਕੋਈ ਬੈਗ ਆ ਤੇ ਲਾ ਲੈਣਾ, ਇਹ ਨੇਕੀ ਆ ਸਵਾਰੀਆਂ ਦੋ। ਉਹ ਨੇਕੀ ਕੋ ਹੋਰ ਕਰਵਾ ਲਾ, ਆ ਪਾਣੀ ਤੈਨੂੰ ਪਿਲਾ ਦਿੰਦੇ ਆ, 10 ਨੇਕੀਆਂ ਦਾ ਸਵਾਬ ਆ, ਅਸੀਂ 20 ਚੁੱਕ ਹੀ ਨਹੀਂ ਸਕਦੇ ਇੰਨਾ ਭਾਰ, ਸਾਨੂੰ 10 ਹੀ ਬੜੀ ਆ। ਟਾਵਰ ਲੱਗਾ ਸਾਡੇ ਮਹੱਲੇ ਜੈਸ ਦਾ। ਅੱਛਾ ਉਹਦੇ ਉੱਤੇ ਪੰਪ ਲਾ ਦਿਓਗੇ ਤਾਂ ਕਿ ਚੋਰੀ ਉੱਤੇ ਕਾਹਦੇ ਲਵਾਈ ਜਾਂਦਾ? ਤੈਨੂੰ ਜਗ੍ਹਾ ਥੱਲੇ ਨਹੀਂ ਲੱਭਦੀ? ਤੈਨੂੰ ਜਗ੍ਹਾ ਥੱਲੇ ਨਹੀਂ ਲੱਭਦੀ ਹੈਗੀ? ਉਹ ਭਾਜੀ ਉੱਤੇ ਚੋਰੀ ਚੂਰੀ ਨਾ ਹੋਏਗਾ ਪੰਪ, ਹੋਰ ਕੋਈ ਰੌਲਾ ਨਹੀਂ, ਤੁਸੀਂ ਲਾ ਲੈਣਾ ਵਾ। ਟਾਵਰ 'ਤੇ ਕਿਹੜੇ ਚੋਰ ਚੜ੍ਹਨੇ ਆ? ਟਾਵਰ ਉੱਤੇ ਪੈਰ ਰੱਖਦੇ ਉਹਨੂੰ ਸ਼ਾਟ ਪੈ ਜਾਣੀ, ਉਹਨੂੰ ਡਿੱਗ ਪੈਣਾ ਆ, ਹੈ ਉੱਤੇ ਕਿਹੜਾ ਪੰਪ ਲਾਉਣ ਜਾਏਗਾ? ਜਗ੍ਹਾ ਬਦਲ ਲਈਏ ਫਿਰ। ਤੈਨੂੰ ਏਡਾ ਜੋ ਆਪਣਾ ਹੈਗਾ, ਤੂੰ ਆਪਣੀ ਪੇਟੀ ਦੇ ਵਿੱਚ ਪੰਪ ਰਖਵਾ ਲਾ। ਅੱਛਾ ਠੀਕ ਹੈ, ਉਹਦੇ ਥੱਲੇ ਬੋਰ ਕਰਵਾ ਲਾ, ਵਿੱਚੋਂ ਪਾਣੀ ਕੱਢੀ ਜਾਵੀ, ਪੇਟੀ 'ਚ ਲਾ ਦਿਓਗੇ? ਮੈਂ ਕਹਿੰਦਾ ਪੇਟੀ ਟਾਵਰ 'ਤੇ ਰੱਖ ਦੇਣਾ। ਪੇਟੀ ਕਾਹਦੇ ਟਾਵਰ 'ਤੇ ਰੱਖਣੀ ਹੈ? ਥੱਲੇ ਪਲੀਤ ਬੰਦੇ ਫਿਰਦੇ ਆ, ਵੀ ਪੇਟੀ ਤੇਰੀ ਬਹੁਤ ਪਾਕ ਆ ਜਿਹੜੀ ਉੱਤੇ ਰੱਖਣੀ ਹੈ, ਤੂੰ ਬਕਵਾਸ ਕਰੀ ਜਾਣ ਡਿਆ। ਤੁਹਾਡੇ ਬਜ਼ੁਰਗ ਤਾਂ ਇੱਦਾਂ ਨਾ ਸੀ ਕਰਦੇ, ਸਾਡੇ ਨਾਲ ਬਜ਼ੁਰਗ ਸਹੀ ਸੀ। ਓਏ ਮਜੀਦਾ ਆਇਆ ਕਿ ਨਹੀਂ ਅਜੇ? ਉਹਦੇ ਵੱਲ 4 ਵਜੇ ਜਾਣਾ, ਉਹਦਾ ਪੰਪ ਲਾ ਕੇ ਆਉਣਾ, ਮਜੀਦੇ ਨੇ ਆ ਜਾਣਾ ਹੁਣ। ਮਜੀਦਾ ਕਿਹੜਾ ਭਾਜੀ? ਜਿਹੜਾ ਮਰਜ਼ੀ ਹੋਵੇ, ਕੀ ਗੱਲ ਆ, ਤੈਨੂੰ ਕੀ ਤਕਲੀਫ ਆ ਭਾਜੀ? ਇਹ ਨੇਕੀ ਆ। ਓ ਯਾਰ ਨੇਕੀ ਤੂੰ ਕੱਲਾ ਲੈ ਲਾ, ਤੇਰੇ ਕੋਲ ਨੇਕੀ ਲੈ ਨਹੀਂ ਹੁੰਦੀ ਹੈਗੀ, ਕੱਲਾ ਲੈ ਲਾ ਤੂੰ ਨੇਕੀ, ਜੰਤੀ ਹੋ ਜਾਓਗੇ ਤੁਸੀਂ ਵੀ। ਤੂੰ ਮੈਨੂੰ ਦੋਸ਼ ਕੀ ਰਹਿਣ ਦੇ? ਤੇਰੇ ਕਹਿਣ ਤੇ ਮੈਂ ਜੰਤੀ ਹੋਣਾ ਆ? ਕੇਡੂ ਦੇ ਪਹਾੜਾਂ ਤੇ ਲਾ ਦਿਓ, ਇੱਥੇ ਤੁਸੀਂ ਬੋਰ ਕਰ ਦਿਓ, ਟੁੱਡੀ ਵਾਲੇ ਪਾਣੀ ਕੱਢ ਲਓ, ਲੈ ਏਡਾ ਗੋਤਾ ਖੋਲ ਕਿਤੇ ਪੰਪ, ਗੱਲਾਂ ਕਰਨ ਡੇ ਆ ਤੂੰ? ਮੈਂ ਤੁਹਾਡਾ ਨਾਂ ਹੀ ਬੜਾ ਸੁਣਿਆ। ਮੇਰਾ ਨਾਂ ਨਾ ਸੁਣ, ਤੂੰ ਤਾਂ ਪਾਗਲ ਆ, ਮੇਰਾ ਨਾਂ ਸੁਣ ਡੇ ਆ, ਅਸੀਂ ਤੇਰਾ ਸੁਣ ਕੇ ਆਵਾਜ਼ਾਰ ਹੋਏ ਆ। ਜ਼ਮੀਨ 'ਚ ਪੰਪ ਲਾ ਲਓਗੇ? ਜ਼ਮੀਨ 'ਚ ਉੱਥੇ ਟੋਆ ਕੱਢ ਕੇ ਕਿਤੇ ਵਿੱਚ ਗਰਕ ਹੋ ਜਾ, ਗਰਕ ਹੋ ਜਾ, ਤੂੰ ਗਰਕ ਹੋਏਗਾ ਅਸੀਂ ਉੱਤੋਂ ਦੀ ਪੰਪ ਲਾ ਦੇਵਾਂਗੇ। ਤੁਹਾਡੇ ਬਜ਼ੁਰਗ ਤਾਂ ਇੱਦਾਂ ਨਾ ਸੀ ਕਰਦੇ? ਸਾਡੇ ਬਜ਼ੁਰਗਾਂ ਨੂੰ ਤੇਰਾ ਪਤਾ ਨਹੀਂ ਸੀ, ਨਹੀਂ ਤਾਂ ਉਦੋਂ ਹੀ ਤੈਨੂੰ ਗੋਲੀ ਮਾਰਨੀ ਸੀ ਉਹਨਾਂ ਨੇ, ਜੇ ਤੁਹਾਡੇ ਸਾਡੇ ਬਜ਼ੁਰਗ ਸੀ। ਤੁਸੀਂ ਇੱਕ ਕੰਮ ਕਰੋ ਜੀ, ਮੈਂ ਕੋਈ ਵੀ ਨਹੀਂ ਕੰਮ, ਮੈਂ ਵਿਹਲਾ ਰਹਿਣਾ, ਮੈਂ ਕੰਮ ਕਰਨ ਨਹੀਂ। 8,000 ਦਾ 1,00,000 ਰੁਪਿਆ ਦੇਵਾਂਗਾ, ਝਾਲ ਪੂਰੇ ਕਿਨਾਰ ਰੋਡ 'ਤੇ ਜਿੱਥੋਂ ਪੈਟਰੋਲ ਨਿਕਲਦਾ ਉੱਥੇ ਪੰਪ ਲਾ ਦਿਓ, ਇਹ ਤਾਂ ਹੁਣ ਕਰ ਲਓਗੇ ਨਾ? ਚੱਲ ਬਾਹਰ ਨਿਕਲੋ, ਬਾਹਰ ਹੋ, ਜਗ੍ਹਾ ਬਦਲਦੇ ਹਾਂ ਫਿਰ ਲਾ ਦਿਓ। ਤੈਨੂੰ ਮੈਂ ਕਹਿਣਾ ਜਗ੍ਹਾ ਤੂੰ ਬਦਲ ਲਾ।
ਤੇ ਕੋਈ ਬਦਲ ਹੁੰਦੀ ਤੇਰੇ ਮੈਂ ਮੂਹਲ ਵੇਖੀ ਜਾਣ ਦੇ ਆ ਉਹ ਪੰਪ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਚੱਲ ਜਾਵਾ ਕਿਹੜੇ ਬਜ਼ੁਰਗ ਸਾਡੇ ਆ ਗਏ ਉਹ ਵੀ ਚੌਥੇ ਤੇਰੇ ਨੂੰ ਮੂਹਲ ਵੇਖੀ ਜਾਣ ਦੇ ਆ ਕੁੱਤੇ ਆ ਜੀ ਆ ਉੱਥੇ ਪੰਪ ਲਾ ਦੇ ਇੱਥੇ ਲਾ ਦੇ ਉੱਥੇ ਲਾ ਦੇ